लो जी अज तुहानू दिखा रहे हैं सैक्रामेंटो विच कैलीफोर्निया दे विच एक पुराना किला। वेलकम टू म्यूजियम स्टोर ओपन। तो यह है जी इहदा अपना एंट्री गेट, तो इत्थों लई जांदी टिकट। तो इस किले का इतिहास हैगा, यह किला बनया ही 1839 ये वाला किला। चलो तुहानू अगे दा विखाने सारा कुछ इन्हां दा। स्टार्ट करता इत्थों अपना, यह आ गया इन्हों पहला रूम जो आप एंटर कर दें नाल ही स्टार्टिंग आ जाता पहला रूम। ये इन्हों बैड तो होर सारा कुछ पिया इत समान समून पुराना, वो बंदूक पई है जी इन्हों पुरानी, वो घड़ी पई सारी पुरानी, तो बहुत कुछ पिया जी इतना पुराना। चेयर पुरानी पई है, लकड़ का समान है यानी कि सारा कुछ। तो उदू बाद होर विखाने तुम अगे एक गल होर, जो आप इत एंटर करते हैं गेट चो तो आप मैप देंगे निकी इस तरह का मैप जो आप फॉलो कर सकते हैं, वैसे पर लोड़ नहीं पैंदी सारा कुछ दस देंगे। तो उस तो बाद एक इन्होंने सीनरी दी सारी उस टाइम जो किला सी एवें दा सी, इदा इतने काम कर होंगे ही सारे, आपको मज्जां गावां चरदियां घोड़े चरते सारा कुछ। बनाया हुआ किला दे विच तुहानू दिखा दिंदे आ, कैलीफोर्निया दा फलैग लगा हुआ, ये मेन सेंटर इहदा, वह सारा कुछ घूमता पिया। तो आर अगे तो सारा कुछ, ये बाहर का व्यू आ गया सारा, वो आ गया तो इस चीज़ आ गई सारी। तो हाँ ये किला सारा तुहानू, ये तुहानू किला ही एक्सप्लोर कराना हुण सारा, ये सारा किला एक्सप्लोर करावांगे हुण। हुण असीं इस किले दे एंट्रेंस ते आ इस साइड आ, इत्थे गेट एक दी इत्थों एंट्रेंस हो रही है हुण, वो नवां बणिया इधर एंट्रेंस कर रहे हैं, तो उत्थों आ रहे हैं आपां। हुण बाकी सारा कुछ विखाने तुहानू, ये टीवी तुहानू सारी हिस्टरी दसी जांदी आ। ओके ते टॉप दा पिया होया उपरों सारा कुछ, हिस्टरी दसी हुई है सारी कुछ दिता हुआ लिखा हुआ। तो आ एक रूम आ थले नीचे जाके बिल्कुल बस है, वैसे खाली है, किस कारण वास्ते बनाया होना उदो इन्होंने इतने। लो जी आ देख लो उस टाइम इन्होंने आ किले तो जी बाहरली साइड एक कमरा बनाया, हरेक बारी के उन्होंने एक एक तोप रखी हुई है पुरानी, देख लो इतों तोप बाहर चलती, एक वो बारी बाहर तोप का मूह, एक आह बारी तो बाहर तोप का मूह, बाकी सारा कुछ समान रख्या हुआ जिन्हें जो बंब बरूद की गोली रखते ही पुराने रस्से सारा कुछ। हूँ तुम खाने अगे इन्हों का होर कुछ कल्चर 1839 हों ਇਹ ਜਗ੍ਹਾ ਹੈਗੀ, ਦੁਬਾਰਾ ਤੁਹਾਨੂੰ ਦੱਸ ਦੇਣਾ ਸੈਕਰਾਮੈਂਟੋ ਕੈਲੀਫੋਰਨੀਆ, ਉਹਦੇ 'ਚ ਇਹ ਬਾਹਰ ਦਾ ਵਿਊ ਆ ਗਿਆ ਸਾਰਾ ਕਿਲੇ ਦਾ, ਜੋ ਤੁਹਾਨੂੰ ਉਹ ਸੀਨਰੀ ਜੀ ਵਿਖਾਈ ਸੀ ਉਹਦਾ ਮੇਨ ਜੋ ਵਿਖਾਇਆ ਸੀ ਤੁਹਾਨੂੰ, ਬਾਹਰ ਘੋੜੇ ਖੜੇ ਚੜਦੇ ਸੀ ਮੇਨ ਆ ਉਹ ਸੈਂਟਰ ਦਾ, ਇਹ ਐਂਟਰਸ ਆਪਾਂ ਉੱਥੋਂ ਕਰਦੇ ਹਾਂ। ਅਤੇ ਇੱਕ ਆਹ ਜਿੱਥੇ ਲੱਕੜ ਦਾ ਕੰਮ ਚੱਲਦਾ ਹੁੰਦਾ ਸੀ ਇਹਨਾਂ ਦਾ, ਪੁਰਾਣੇ ਔਜ਼ਾਰ ਔਜ਼ਾਰ ਪੈਣ ਸਾਰਾ ਕੁਛ ਇੱਥੇ, ਹਥੌੜੀਆਂ ਕੁਹਾੜੇ ਹਥੌੜੀ ਛੈਣੀਆਂ ਛੂਣੀਆਂ ਸਾਰਾ ਲੱਕੜ ਦਾ ਕੰਮ ਇੱਥੇ ਚੱਲਦਾ ਹੁੰਦਾ ਸੀ ਇਹਨਾਂ ਦਾ, ਇਸ ਜਗ੍ਹਾ 'ਤੇ ਕਰਦੇ ਸੀ। ਇਸ ਸਾਈਡ ਦਰਵਾਜ਼ੇ ਦੀ ਮਸ਼ੀਨਾਂ ਨੇ ਜੇ ਇੱਧਰੋਂ ਦਿਖਦੀਆਂ ਹੋਈਆਂ ਤਾਂ ਦੇਖ ਲਿਓ, ਵੈਸੇ ਪਰ ਅੰਦਰ ਐਂਟਰ ਨਹੀਂ ਹੋ ਸਕਦੇ, ਇੱਥੇ ਲੱਕੜ ਦਾ ਕੰਮ ਚੱਲਦਾ ਹੁੰਦਾ ਸੀ ਇਹਨਾਂ ਦਾ। ਬਹੁਤ ਅਜੀਬ ਐਕਸਪਲੋਰ ਹੋ ਗਿਆ ਤਾਂ ਕਰਦੇ ਹਾਂ ਅੱਜ ਤੁਹਾਨੂੰ ਸਾਰਾ ਐਕਸਪਲੋਰ। ਕਮ ਇਨ ਦਾ ਵੈਲਕਮ ਦਾ ਆ ਗਿਆ ਮਿਊਜ਼ੀਅਮ, ਇੱਥੇ ਸਾਰਾ ਕੁਛ ਇਹਨਾਂ ਦਾ ਪਿਆ ਹੋਇਆ, ਮਾਰ ਲਓ ਝਾਤ ਇੱਧਰ ਦੂਸਰੀ, ਇਹ ਵੀ ਪੜ੍ਹ ਲਿਓ ਸਾਰਾ ਕੁਛ ਹਿਸਟਰੀ ਦਿੱਤੀ ਹੋਈ ਸਾਰਾ ਕੁਛ। ਆਹ ਉਸ ਟਾਈਮ ਮਿੱਟੀ ਦਾ ਇੱਕ ਪੱਥਰ ਜਿਹਾ ਬਣਿਆ ਉਹ ਪਿਆ, ਅਤੇ ਆਹ ਰੱਸੀਆਂ ਪਈਆਂ ਨੇ ਕੁੰਡੀਆਂ ਪਈਆਂ ਨੇ ਸਾਰਾ ਕੁਛ ਦੇਖ ਲਓ। ਅਤੇ ਬਾਕੀ ਆ ਇੱਦਾਂ ਸਾਰਾ ਕੁਛ ਬਹੁਤ ਸੋਹਣਾ ਬਣਾਇਆ ਹੋਇਆ ਇਹਨਾਂ ਨੇ,
ਇੱਕ ਇਹਨਾਂ ਨੇ ਆਹ ਲਿਖਿਆ ਹੋਇਆ, ਇਹ ਵੀ ਪੜ੍ਹ ਲਿਓ। ਠੀਕ ਆ, ਅਤੇ ਉਸ ਤੋਂ ਬਾਅਦ ਇਸ 'ਤੇ ਰਹਿ ਗਏ, ਅਤੇ ਜੋ ਜੋ ਇਹ ਬਣਾਉਂਦੇ ਆ ਸਾਰਾ ਕੁਛ ਐਗਰੀਕਲਚਰ ਦਾ, ਸਾਰਾ ਕੁਛ ਆਹ ਐਗਰੀਕਲਚਰ ਦਾ ਇਹਨਾਂ ਦਾ ਪੁਰਾਣਾ ਹਾਲ ਪਿਆ ਹੋਇਆ, ਜਿਹੜਾ ਆਪਾਂ ਬਲਦਾਂ ਨਾਲ ਚਲਾਉਂਦੇ ਹੁੰਦੇ ਸੀ ਹਾਲ, ਇਹ ਉਹ ਪਿਆ ਇਹਨਾਂ ਦਾ ਹਾਲ, ਅਤੇ ਸਾਰਾ ਕੁਛ ਇੱਕ ਆਹ ਲਿਖਿਆ ਹੋਇਆ, ਸਾਰਾ ਕੁਛ ਸਾਰਾ ਦਿੱਤਾ ਹੋਇਆ ਸੀ, ਕਿੱਦਾਂ ਕਿੱਦਾਂ ਸਾਰਾ ਕੁਛ ਮੈਪ ਬਣਾਇਆ ਹੋਇਆ, ਕਿਵੇਂ ਆਉਂਦੇ ਸੀ ਕਿਵੇਂ ਸੀ, ਅਤੇ ਇੱਕ ਆਹ ਚੀਜ਼ ਸਾਰਾ ਕੁਛ ਇੰਪੋਰਟੈਂਟ। ਹੁਣ ਤੁਹਾਨੂੰ ਅੱਗੇ ਦਾ ਵਿਖਾਉਂਦੇ ਹਾਂ, ਨੈਕਸਟ ਆਹ ਕਰਿਓ ਚੈੱਕ, ਚੇਅਰ ਦੇਖੋ ਕਿੱਡੀ ਸੋਹਣੀ ਪਈ, ਇੱਕ ਆਹ ਬਣਾਇਆ ਹੋਇਆ, ਇਹ ਸੀ ਦੇਖ ਲਓ, ਰੀਅਲ ਹੋਟ ਦੇਖ ਲਓ, ਪੁਰਾਣੀ ਬਿਲਡਿੰਗ ਇੱਦਾਂ ਸੀ, ਆਹ ਪੁਰਾਣਾ ਹੋ ਗਿਆ ਸਾਰਾ ਜਿਹੜਾ ਤੁਹਾਨੂੰ ਵਿਖਾਇਆ ਬਾਹਰ, ਉਹਦਾ ਪੁਰਾਣੀ ਇੱਦਾਂ ਦੀ ਬਿਲਡਿੰਗ ਸੀ, ਦਰਖਤ ਸਨ ਮੇਨ, ਸਾਰਾ ਕੁਛ ਇੱਦਾਂ ਲੋਕ ਕੰਮ ਕੁੰਮ ਕਰਦੇ ਸੀ ਬਾਹਰ ਖੇਤਾਂ 'ਚ, ਐਗਰੀਕਲਚਰ ਦਾ ਜ਼ਿਆਦਾ ਮੇਨ ਮਹੱਤਵ ਸੀ, ਇੱਥੇ ਲੋਕ ਬਹੁਤ ਕੰਮ ਕਰਦੇ ਹਨ। ਆਹ ਤੋਪ ਵਾਲਾ ਆ ਗਿਆ ਜੀ, ਆਹ ਮੈਪ ਬਣਾਇਆ ਹੋਇਆ, ਸਾਰਾ ਕਿਲ੍ਹਾ ਬਣਿਆ ਹੋਇਆ ਸਾਰਾ, ਅਤੇ ਇਹਦੀ ਦਿੱਤਾ ਹੋਇਆ ਮੈਪ ਬਣਾ ਕੇ, ਅਤੇ ਬਾਕੀ ਆਹ ਸਭ ਤੋਂ ਸੋਹਣੀ ਚੀਜ਼ ਆ ਦੇਖੋ ਸ਼ੀਸ਼ਾ, ਇਹਦੇ ਨਾਲ ਪਤਾ ਨਹੀਂ ਆਈ ਥਿੰਕ ਕੀ ਕਰਦੇ ਸੀ, ਆਹ ਤੱਕੜੀ ਆ, ਅਤੇ ਆਹ ਇਹਨਾਂ ਤੱਕੜੀ ਨੂੰ ਤੋਲਣ ਵਾਸਤੇ ਬਣਾਇਆ ਹੋਇਆ ਸਾਰਾ ਕੁਛ, ਕੁੰਡੇ ਕਾਂਟੇ ਵੇਟ, ਪੁਰਾਣਾ ਚਾਕੂ, ਆਹ ਦੇਖ ਲਓ ਠੀਕ ਆ, ਅਤੇ ਉਦੋਂ ਬਾਅਦ ਆ, ਅਤੇ ਹਾਂ ਇੱਕ ਗੱਲ ਹੋਰ ਦੇਖੋ, ਤਲਵਾਰ ਪੁਰਾਣੀ ਉਸ ਟਾਈਮ ਦੀ, ਬੰਦੂਕ ਅਤੇ ਇੱਕ ਕੀ ਚੀਜ਼ ਆਈ ਥਿੰਕ ਆਈ ਡੋਂਟ ਨੋ, ਅਤੇ ਇੱਕ ਹੋਰ ਬਾਕੀ ਆ ਇੱਦਾਂ ਲੋਕ ਜਾਂਦੇ ਹਨ ਬਾਹਰ ਕੰਮਾਂ ਕਾਰਾਂ ਨੂੰ ਕਰਨ ਵਾਸਤੇ, ਬੰਦੂਕ ਦੇ ਨਾਲ ਗਾੜ ਜਾਂਦੇ, ਘੋੜੇ ਹੁੰਦੇ ਸੀ ਸਾਰਾ ਕੁਛ, ਜਿਵੇਂ ਜਿਵੇਂ ਲੋਕ ਕਿਲੇ ਹੱਲ ਹੁੰਦੇ ਸਨ, ਇਹਨਾਂ ਦੇ ਪੁਰਾਣੇ ਬਰਤਨ ਉਸ ਟਾਈਮ ਦੇ, ਚਮਚ, ਉਸ ਤੋਂ ਬਾਅਦ ਅੱਗੇ ਦਾ ਵਿਖਾਉਂਦੇ ਹਾਂ ਤੁਹਾਨੂੰ ਹੋਰ, ਆ ਗਿਆ ਆਪਾਂ ਬਾਹਰਲੀ ਸਾਈਡ, ਇੱਕ ਆਹ ਇਹਦਾ ਬਹੁਤ ਵੱਡਾ ਮੇਨ ਗੇਟ, ਇੱਕ ਇਹ ਗੇਟ ਸੀ ਇਹਦਾ ਉਸ ਟਾਈਮ ਬਹੁਤ ਵੱਡਾ, ਇਹਦੇ ਗੇਟ ਦੇ ਨਾਲ ਹੀ ਤੋਪਾਂ ਰੱਖੀਆਂ ਗਈਆਂ, ਇੱਕ ਉਸ ਟਾਈਮ ਉੱਪਰ ਅਤੇ ਇੱਕ ਇੱਧਰ ਉੱਪਰ ਰੱਖੀ ਗਈ ਆ, ਬਹੁਤ ਤੋਪ ਪਈ ਹੈ ਆਹ ਦੇਖੋ, ਅਤੇ ਆਹ ਬਾਕੀ ਹੋਰ ਸਮਾਨ ਸਮੂਨ ਸਾਰਾ ਕੁਛ ਇੱਧਰ ਵਿਖਾ ਦਿੰਦੇ ਤੁਹਾਨੂੰ ਜੇ ਦੇਖ ਗਿਆ, ਹਾਂ ਆਹ ਦੇਖ ਲਓ ਬੰਦੂਕ ਪਈ ਪੁਰਾਣੀ, ਉਹ ਵੀ ਬੰਦੂਕਾਂ ਸਾਰੀਆਂ ਪੁਰਾਣੀਆਂ, ਅਤੇ ਹੋਰ ਸਾਰਾ ਸਮਾਨ ਪੁਰਾਣਾ ਪਿਆ ਆ ਇੱਥੇ ਆਪਣਾ ਉਹ ਸਮੇਂ ਦਾ, ਅਤੇ ਹੋਰ ਵਿਖਾਉਂਦੇ ਹਾਂ ਤੁਹਾਨੂੰ ਅੱਗੇ, ਹੋਰ ਤਾਂ ਦੇਖ ਲਓ ਅੱਗੇ ਐਂਟਰੈਂਸ, ਅਤੇ ਆਹ ਦੇਖ ਲਓ ਇੱਥੇ ਆਈ ਥਿੰਕ ਪੁਰਾਣੀ ਰਸੋਈ ਇਹਨਾਂ ਦੀ, ਸਾਰਾ ਖਾਣਾ ਖੁਣਾ ਬਣਾਉਣ ਵਾਸਤੇ, ਸਾਰਾ ਕੁਛ ਕਰਨ ਵਾਸਤੇ, ਬਰਤਨ ਬੁਰਤਨ ਪੈ, ਅੰਗੀਠੀ ਪਈ, ਉਹ ਖੱਲਾਂ ਖੁੱਲਾਂ ਪਈਆਂ ਜਾਨਵਰਾਂ ਦੀਆਂ, ਬਰਤਨ ਬੁਰਤਨ ਪੁਰਾਣੇ ਸਾਰੇ ਪੈਣ ਇੱਥੇ, ਇੱਥੇ ਇਹਨਾਂ ਦਾ ਰਸੋਈ ਦਾ ਕੰਮ ਹੁੰਦਾ ਸੀ। ਉਸ ਤੋਂ ਅੱਗੇ ਚੱਲਦੇ ਹਾਂ ਆਪਾਂ, ਆਹ ਇਹਨਾਂ ਦਾ ਇੱਕ ਬੈੱਡਰੂਮ ਆ ਗਿਆ ਇੱਥੇ, ਇੱਥੇ ਬੈੱਡਰੂਮ ਦੇ ਵਿੱਚ ਕੇਤਲੀ ਪਈ ਪੁਰਾਣੀ, ਚਾਹ ਵਾਲੀ, ਬੈੱਡ ਲੱਗਾ ਜੀ, ਇੱਧਰ ਵੀ ਪਿਆ ਜੀ ਕੁਰਸੀ ਪਈ, ਬੁਰਸ਼ ਪਿਆ, ਸ਼ੀਸ਼ਾ ਲੱਗਾ, ਸਾਰਾ ਕੁਛ ਪੁਰਾਣਾ, ਅਤੇ ਇੱਕ ਆਹ ਆ ਗਿਆ ਆਈ ਥਿੰਕ ਇੱਥੇ ਲੋਹੇ ਦਾ ਕੰਮ ਜਿਵੇਂ ਮਾੜਾ ਮੋਟਾ ਚੱਲਦਾ ਸੀ, ਜਿਵੇਂ ਬਰੂਦ ਬਰਾਤ ਬਣਾਉਣੇ ਇਹਨਾਂ ਨੇ, ਕੋਲੇ ਪੈ ਅੰਗੀਠੀ ਬਲਦੀ ਹੁੰਦੀ ਸੀ, ਬਰਤਨ ਵੱਡੇ ਵੱਡੇ ਪੈਣੇ ਅੱਗ ਬਾਲ ਕੇ, ਹੋਰ ਸੰਤ ਇੱਥੇ ਪੈਣ, ਹੋਰ ਇਹਨਾਂ ਦਾ ਕਈ ਕੁਛ ਪਿਆ ਦੇਖ ਸਕਦੇ ਹੋ। ਉਸ ਤੋਂ ਅੱਗੇ ਆਪਣਾ ਇੱਧਰ ਚੱਲਦੇ ਹਾਂ, ਇਹ ਇੱਥੇ ਆਪਣਾ ਆ ਗਿਆ ਸਾਰਾ ਕੁਛ ਪੁਰਾਣਾ, ਲੋਹੇ ਦਾ ਕੰਮ ਚੱਲਦਾ ਸੀ ਇੱਥੇ, ਜਾਂ ਲੋਹੇ ਦਾ ਸਾਰਾ ਕੁਛ ਚੱਲਦਾ, ਲੁਹਾਰ ਦਾ ਕੰਮ, ਕਿ ਉਹ ਚੱਕੇ ਪਏ ਵੱਡੇ ਵੱਡੇ, ਸਾਰਾ ਕੁਛ ਲੋਹੇ ਦਾ ਕੰਮ ਜੀ ਇੱਥੇ ਹੁੰਦਾ ਸੀ, ਉਹ ਅੰਗੀਠੀ ਬਲਦੀ ਹੁੰਦੀ ਸੀ, ਉਹ ਸਾਰਾ ਇੱਥੇ ਲੋਹੇ ਦਾ ਕੰਮ ਹੁੰਦਾ ਸੀਗਾ, ਸਾਰਾ ਲੋਹਾ ਹੀ ਪਿਆ ਵੱਡਾ ਵੱਡਾ ਸਾਰਾ ਕੁਛ। ਆਹ ਬਹੁਤ ਸੋਹਣੀ ਜਗ੍ਹਾ, ਇੱਥੇ ਸਾਰਾ ਜੀ ਇਹਨਾਂ ਦਾ ਪੁਰਾਣੇ ਹਥਿਆਰ ਪੈਣ, ਦੇਖ ਲਓ ਉਹ ਬੰਦੂਕਾਂ ਪਈਆਂ ਸਾਰੀਆਂ ਇਹਨਾਂ ਦੀਆਂ ਹੀ ਪੁਰਾਣੀਆਂ,
ਤੇ ਉਹ ਨਿੱਕੀਆਂ ਨਿੱਕੀਆਂ ਤੋਪਾਂ ਵੀ ਪਈਆਂ ਸਾਰੀਆਂ ਅੱਗੇ ਪੁਰਾਣੀਆਂ ਦੇਖ ਗਿਆ ਤਾਂ ਫੋਨ ਕਰਤਾ ਮੈਂ ਅੱਗੇ ਨੂੰ। ਹਾਂਜੀ ਇੱਥੇ ਸਾਰੀਆਂ ਬੰਦੂਕਾਂ ਬਦਾਕਾਂ ਪਈਆਂ ਨੇ ਪੁਰਾਣੀਆਂ ਇਹਨਾਂ ਦੀਆਂ। ਇਸ ਸਾਈਡ ਅੱਗੇ ਨੂੰ ਜਾਂਦੇ ਹਾਂ, ਮੈਨੂੰ ਹੋਰ ਵੀ ਖਾਣੀਆਂ ਅੱਗੇ, ਬਹੁਤ ਸੋਹਣਾ ਵੇਖਣ ਵਾਸਤੇ। ਇੱਥੇ ਸ਼ਾਇਦ ਕੱਪੜਾ ਕੁੱਪੜਾ ਬਣਾਉਂਦੇ ਸੀ, ਜਿਵੇਂ ਇੱਧਰ ਬੰਦੂਕਾਂ ਵਾਲਾ ਸਮਾਨ ਆ ਗਿਆ ਅੱਗੇ ਗੇਟ ਤੋਂ ਬਾਅਦ, ਉਹ ਖਲ ਖੁਲ ਪਈ ਜਿਵੇਂ ਜਾਨਵਰ ਦੀ ਸੰਦੂਕ ਮਾੜਾ ਮੋਟਾ। ਹੋਰ ਅੱਗੇ ਦਾ ਖਾਣਾ, ਬਾਹਰ ਦਾ ਵਿਊ ਥੋੜ੍ਹਾ ਕਿਲੇ ਦਾ, ਇਹ ਮੇਨ ਐਂਟਰ ਹੈ, ਸੈਂਟਰ ਜਗ੍ਹਾ ਕਿਲੇ ਦੀ ਆ ਵਾਲੀ। ਅਤੇ ਆਹ ਵੇਖੋ ਇੱਥੇ ਪਿਆ ਜੀ ਆਪਣਾ ਘੋੜਿਆਂ ਦੇ ਉਹ ਬਹਿਣ ਵਾਸਤੇ ਜਿਵੇਂ ਕਾਠੀਆਂ ਲਾਉਂਦੇ ਹਾਂ ਉਹ ਵਾਲੀਆਂ, ਅਤੇ ਹੋਰ ਸਾਰਾ ਕੁਛ, ਅਤੇ ਜਾਨਵਰਾਂ ਦੇ ਸਿਰ ਸੁਰ ਪਏ ਨੇ, ਸਿੰਘ ਪਏ ਨੇ, ਗੇਟ ਸਾਰਾ ਕੁਛ ਪਿਆ ਜੀ ਇੱਥੇ, ਬੈੱਡ ਬੁੱਡ ਹੋਰ ਵੀ ਪੁਰਾਣਾ ਸਾਰਾ ਕੁਛ ਪਿਆ। ਮਾਰ ਲਓ ਨਿਗਾਹ, ਕਰੋ ਚੈੱਕ ਕੁਰੀ ਸਾਰਾ ਕੁਛ, ਬਹੁਤ ਸੋਹਣਾ। ਉਸ ਤੋਂ ਬਾਅਦ ਅੱਗੇ ਆ ਗਏ ਜੀ, ਤੁਹਾਨੂੰ ਹੋਰ ਵੀ ਵਿਖਾ ਦਿੰਦੇ ਹਾਂ। ਇੱਥੇ ਜੀ ਆਪਣੇ ਲੱਕੜ ਦਾ ਸਾਰਾ ਕੁਛ ਪੁਰਾਣਾ ਪਿਆ, ਜਿੰਨਾ ਵੀ ਲੱਕੜ ਦਾ ਸਮਾਨ ਹੈ ਸਾਰਾ ਪੁਰਾਣਾ ਇਹਨਾਂ ਨੇ ਇੱਥੇ ਰੱਖਿਆ ਹੋਇਆ, ਸਾਰਾ ਕੁਛ ਸਾਂਭ ਕੇ ਰੱਖਿਆ ਹੋਇਆ, ਬਹੁਤ ਚੰਗੀ ਤਰ੍ਹਾਂ ਇਹਨਾਂ ਨੇ ਸਾਂਭਿਆ ਹੋਇਆ। ਅੱਜ ਬਾਅਦ ਆ ਗਿਆ ਇਹਨਾਂ ਚੱਕੀ, ਇੱਥੇ ਹੱਥ ਨਾਲ ਆਟਾ ਪੀਂਦੇ ਰਹੇ ਨੇ, ਸਾਰਾ ਕੁਛ ਕਰਦੇ ਰਹੇ ਨੇ, ਤਰੰਗਲੀਆਂ ਪਈਆਂ ਨੇ, ਦਾਤਰ ਪਿਆ, ਪੱਠੇ ਵੱਢਣ ਵਾਲਾ, ਹਰਾ ਚਾਰਾ ਵੱਢਣਾ, ਸਾਰਾ ਕੁਛ ਕੀਤਾ, ਸੁੱਕੇ ਸਾਕੇ ਵਾਸਤੇ ਸਾਰਾ ਕੁਛ ਇਹਨਾਂ ਨੇ ਇੱਥੇ ਰੱਖਿਆ ਹੋਇਆ। ਇੱਦੋਂ ਬਾਅਦ ਉੱਪਰ ਚੱਲਦੇ ਹਾਂ, ਇੱਥੇ ਬਹੁਤ ਸੋਹਣੀ ਜਗ੍ਹਾ ਚੀਜ਼ ਪਈ ਆ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਉੱਪਰ ਜਾ ਕੇ। ਇੱਥੇ ਹੈਗਾ ਜੀ ਉਹ ਵੱਡੀਆਂ ਵੱਡੀਆਂ ਤੋਪਾਂ ਪਈਆਂ ਜੀ ਇਹਨਾਂ ਦੀਆਂ, ਲਓ ਜੀ ਆਹ ਪੁਰਾਣੀਆਂ ਤੋਪਾਂ ਉੱਪਰ ਲਾ ਦਿੰਦੇ ਸਾਰਾ ਕੁਛ, ਰੱਸੇ ਪੁਰਾਣੇ ਸਾਰਾ ਕੁਛ, ਆਹ ਤੋਪ ਜਿਵੇਂ ਉੱਪਰ ਚੱਕਣੀ ਥੱਲੇ ਰੱਖਣੀ ਸਾਰਾ ਕੁਛ ਰੱਸਿਆਂ ਦੇ ਨਾਲ ਹੁੰਦਾ ਸੀ, ਉਹ ਪੁਰਾਣੇ ਰੱਸੇ ਵੀ ਪੈਣੇ, ਆਹ ਤੋਪਾਂ ਵੱਡੀਆਂ ਵੱਡੀਆਂ ਪੁਰਾਣੀਆਂ ਪਈਆਂ ਇਹਨਾਂ ਦੀਆਂ। ਇੱਦੋਂ ਬਾਅਦ ਚੱਲੀਏ ਜੀ ਆਪਾਂ ਅੱਗੇ ਨੂੰ, ਹੋਰ ਵੀ ਵਿਖਾਉਂਦੇ ਹਾਂ ਤੁਹਾਨੂੰ। ਬਹੁਤ ਸੋਹਣੀ ਜਗ੍ਹਾ ਜੀ, ਇੱਥੇ ਘੁੰਮਣ ਫਿਰਨ ਆਓ, ਬਹੁਤ ਤੁਹਾਨੂੰ ਵੇਖਣ ਨੂੰ ਵਧੀਆ ਲੱਗੇਗਾ। ਪੁਰਾਣਾ ਸਾਰਾ ਜੋ ਜੋ ਪੁਰਾਣਾ 1839 ਦੇ ਵਿੱਚ ਦਾ ਜੋ ਜੋ ਇੱਥੇ ਆ ਸਾਰਾ ਇਹਨਾਂ ਨੇ ਸਾਂਭ ਕੇ ਰੱਖਿਆ ਹੋਇਆ, ਦੇਖ ਲਓ ਜੀ ਆਹ ਭਾਅ ਪਾਣੀ ਪੂਣੀ ਗਰਮ ਕਰਨ ਵਾਸਤੇ, ਭਾਅ ਭੁੱਖ ਵਾਸਤੇ ਜੋ ਵੀ ਸਾਰਾ ਚੁੱਲ੍ਹਾ ਚੱਲਾ ਬਣਿਆ ਹੋਇਆ ਸਾਰਾ ਕੁਛ ਪੁਰਾਣਾ ਸਾਰਾ ਇੱਦਾਂ ਹੀ। ਅਤੇ ਹੋਰ ਵੀ ਅੱਗੇ ਜੇ ਹੋਇਆ ਦੇਖਣ ਨੂੰ ਖਾਂਦਾ ਤੁਹਾਨੂੰ। ਇਹ ਬੰਦ ਕੀਤੇ ਹਨ ਗੇਟ, ਥੋੜ੍ਹਾ ਜਿਹਾ ਲੇਟ ਹੋ ਗਏ ਮੈਨੂੰ ਲੱਗਦਾ ਇਹਨਾਂ ਦਾ ਟਾਈਮ ਹੋ ਗਿਆ ਬੰਦ ਕਰਨ ਦਾ, ਇਹ ਇਸ ਟਾਈਮ ਬੰਦ ਕਰ ਦਿੰਦੇ ਆ। ਇਹ ਇਹਨਾਂ ਦੇ ਬਰਤਨ ਆ ਗਏ ਜੀ ਪੁਰਾਣੇ ਸਾਰੇ, ਇੱਥੇ ਇਹਨਾਂ ਦੇ ਬਰਤਨ ਪਏ ਨੇ ਸਾਰੇ ਪੁਰਾਣੇ ਇਹਨਾਂ ਦੇ, ਆਹ ਦੇਖੋ ਇੱਥੇ ਇਹਨਾਂ ਦੇ ਬਰਤਨ ਪਏ ਨੇ ਸਾਰੇ ਪੁਰਾਣੇ, ਕੁਰਸੀਆਂ ਬਰਤਨ ਬਰਤਨ। ਅਤੇ ਇੱਧਰ ਇਹਨਾਂ ਨੇ ਆਪਣਾ ਰੱਖਿਆ ਸਮਾਨ, ਹਾਂ ਇਹ ਵੀ ਰਸੋਈ ਦੇ ਵਿੱਚ ਹੀ ਸਾਰਾ ਕੁਛ, ਕੋਲੇ ਕਾਲੇ ਅਤੇ ਬਲਦੇ ਸੀ ਉਹ ਸਿਰਪੀਆਂ ਸਿਰਪੀਆਂ ਪਈਆਂ ਜਿਵੇਂ ਆਪਾਂ ਘਰਾਂ ਦੇ ਵਿੱਚ ਕੜਛੇ ਕੁੜਛੇ ਕਹਿ ਦਿੰਦੇ ਹਾਂ, ਉਹ ਸਾਰਾ ਕੁਛ ਪਿਆ ਇਹਨਾਂ ਦਾ। ਅਤੇ ਉਸ ਤੋਂ ਬਾਅਦ ਇਹ ਆ ਗਈ ਜੀ ਮੇਨ ਜਗ੍ਹਾ ਇੰਟਰ, ਇੱਥੇ ਉਹ ਪੁਰਾਣੀ ਬਾਹਰ ਤੋਪ ਵੀ ਪਈ ਇੱਕ, ਅਤੇ ਆਹ ਸਾਰਾ ਕੁਛ ਇੱਥੇ ਕੋਲੇ ਕਾਲੇ ਜਿਵੇਂ ਬਲਦੇ ਹੁੰਦੇ ਪੁਰਾਣੇ, ਇਹ ਤਾਂ ਆਈ ਥਿੰਕ ਹੁਣ ਹੀ ਬਲਦੇ ਹੋਣੇ ਨੇ, ਸਾਰੇ ਪੁਰਾਣੇ ਭਾਂਡੇ ਵੀ ਰੱਖੇ ਹੋਏ ਇਹਨਾਂ ਨੇ। ਆਹ ਜਿਹੜੀ ਮੇਨ ਐਂਟਰੈਂਸ ਹੈ ਇਹਦੀ ਉਹ ਆ, ਅਤੇ ਬਾਹਰ ਦੀ ਸੜਕ ਇਹਦੀ ਹੋਰ ਨਹੀਂ ਇਹਦਾ ਵਿਊ ਦੇਖ ਲਓ, ਨਾਲ ਨਾਲ ਵੱਡੀਆਂ ਵੱਡੀਆਂ ਬਿਲਡਿੰਗਾਂ। ਇਹ ਕਿਲ੍ਹਾ ਬਹੁਤ ਪੁਰਾਣਾ, ਆਈ ਥਿੰਕ ਆਹ ਕਹੀ ਆ ਕਦੀ ਚੈੱਕ ਕਰ ਹੀ ਲੈਂਦੇ ਆਪਾਂ, ਮੇਰੇ ਹਿਸਾਬ ਨਾਲ ਤਾਂ ਖੂਖਾ ਲੱਗਦਾ ਨਹੀਂ, ਇਹ ਤਾਂ ਵੈਸੇ ਬਹਿਣ ਬਹਿਣ ਵਾਸਤੇ ਜਿਵੇਂ ਜਗ੍ਹਾ ਜਗ੍ਹਾ ਬਣਾਈ ਹੈ, ਨਹੀਂ ਇਹ ਕੋਈ ਡੂੰਘੀ ਚੀਜ਼ ਹੈ ਥੱਲੇ ਹੈਗਾ ਕੁਛ ਇਹਦੇ ਪਰ ਬੰਦ ਕੀਤਾ ਹੋਇਆ ਇਹਨਾਂ ਨੇ ਪਤਾ ਨਹੀਂ ਕਿਉਂ। ਅਤੇ ਹੁਣ ਅੱਗੇ ਨੂੰ ਜਾਂਦੇ ਹਾਂ ਆਪਾਂ, ਅਤੇ ਹੋਰ ਵੀ ਵਿਖਾਉਂਦੇ ਹਾਂ ਤੁਹਾਨੂੰ ਜੋ ਵੀ ਰਹਿ ਗਿਆ। ਆਹ ਦੇਖੋ ਇਹ ਇਹਦਾ ਗਿਆ ਮੇਨ ਐਂਟਰ, ਉੱਪਰ ਜੇ ਜਾ ਸਕਦੇ ਅੰਦਰ ਵਿਖਾਉਂਦੇ ਹੋਏ ਦੇਖ ਲਈਏ। ਆ ਗਿਆ ਕਿਲ੍ਹਾ ਅੰਦਰਲੀ ਸਾਈਡ ਤੋਂ ਜਿਵੇਂ ਜਿਵੇਂ ਹੈਗਾ ਇਹ ਉੱਦਾਂ ਉੱਦਾਂ,
ਆਹ ਮੇਨ ਜਗ੍ਹਾ ਜਿਹੜੀ ਸੈਂਟਰ ਕਿਲ੍ਹੇ ਦਾ, ਆਹ ਇੱਥੇ ਪਿਆ ਸਾਰਾ ਕੁਛ ਇਹਨਾਂ ਦਾ ਜੀ, ਬੋਤਲਾਂ ਬੈੱਡ ਲੱਗਾ, ਥਰਮੋਸ਼ਾਂ ਥਰਮੋਸ਼ਾਂ ਸਾਰਾ ਕੁਛ ਪਿਆ ਇੱਥੇ ਦੇਖ ਲਓ। ਅਤੇ ਹੁਣ ਉੱਪਰਲੀ ਸਾਈਡ ਵੀ ਹੈਗਾ, ਉਹ ਵੀ ਦੇਖਦੇ ਹਾਂ ਕੀ ਆ। ਇੱਧਰ ਦੇਖ ਲਿਆ ਪਹਿਲਾਂ ਕੀ ਹੈ, ਲਓ ਜੀ ਇੱਥੇ ਉਹ ਬੰਦੂਕਾਂ ਪਈਆਂ ਪੁਰਾਣੀਆਂ ਨੇ, ਵਾਹ ਉਹ ਜਾਨਵਰ ਮਾਰ ਕੇ ਟੰਗਿਆ ਹੋਇਆ ਜੇ ਦੇਖ ਗਿਆ ਸਹੀ ਤਰੀਕੇ ਨਾਲ ਤਾਂ। ਧੁੰਦਲੀ ਵੀਡੀਓ ਹੋ ਗਈ ਆਈ ਥਿੰਕ ਕਾਹਤੋਂ, ਉਹ ਜਾਲੀ ਲੱਗੀ ਤਾਂ ਕਰਕੇ। ਅਤੇ ਸਾਰਾ ਕੁਛ ਪਿਆ ਇੱਥੇ, ਚਿੱਠੀਆਂ ਲਿਖਦੇ ਜਿਵੇਂ ਚਿੱਠੀ ਪਈ ਸਾਹਮਣੇ, ਇਹ ਆ ਚਿੱਠੀ ਪਈ ਬੈਡ ਮੇਜ ਉੱਤੇ, ਸਾਰਾ ਕੁਛ ਇੱਥੇ ਲਿਖਿਆ ਜਾਂਦਾ ਸੀ ਸਾਰਾ ਕੁਛ। ਬੰਦੂਕਾਂ ਪਈਆਂ ਪੁਰਾਣੀਆਂ ਪਿੱਛੇ ਸਾਰਾ ਕੁਛ। ਅਤੇ ਇੱਕ ਦੋ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਉਸ ਸਾਈਡ ਉੱਧਰ ਕੀ ਸੀ। ਆਹ ਪੌੜੀਆਂ ਉੱਪਰ ਚੜ੍ਹ ਕੇ ਬੰਦ ਕੀਤਾ ਹੋਇਆ, ਇੱਧਰ ਵੀ ਇਹਨਾਂ ਨੇ ਪੁਰਾਣਾ ਸਾਰਾ ਸਮਾਨ ਸਾਂਭ ਕੇ ਰੱਖਿਆ ਹੋਇਆ, ਝਾੜੂ ਝੁੜੂ ਪਏ ਨੇ ਪੁਰਾਣੇ, ਸਾਰਾ ਕੁਛ ਪਿਆ ਹੀ ਆ, ਤੱਕੜੀ ਤੁੱਕੜੀ ਸਾਰਾ ਕੁਛ ਪੁਰਾਣਾ 1839 ਦਾ ਜੀ। ਓਕੇ, ਤੁਹਾਨੂੰ ਅੱਗੇ ਤੋਂ ਦਿਖਾਉਂਦੇ ਹਾਂ ਜੀ, ਹੋਇਆ ਕੁਛ ਹੋਰ ਵੀ ਦੇਖਣ ਨੂੰ ਘੁੰਮਦੇ ਫਿਰਦੇ ਹਾਂ, ਨਾਲੇ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਕੁਛ। ਸੈਕਰਾਮੈਂਟੋ ਕੈਲੀਫੋਰਨੀਆ ਬੰਦ, ਆਹ ਸਾਰਾ ਕੁਛ ਇਹਨਾਂ ਨੇ ਇੱਥੇ ਰੱਖਿਆ ਹੋਇਆ ਜੀ, ਲੱਕੜਾਂ ਲੱਕੜਾਂ ਪੁਰਾਣੀਆਂ ਖੁੱਲੀਆਂ ਨੇ, ਇਹ ਤਾਂ ਹੁਣ ਵੱਢ ਵੁੱਢ ਕੇ ਰੱਖੀਆਂ ਹੋਣੀਆਂ ਨੇ ਇੱਥੇ ਇਹਨਾਂ ਨੇ। ਅਤੇ ਆਹ ਪਤਾ ਨਹੀਂ ਕੀ ਚੈਣ ਕੁੱਪੀ ਲਾਈ ਹੋਈ ਆ, ਬਾਕੀ ਉਹ ਪਈਆਂ ਪੁਰਾਣੀਆਂ ਚੇਰਾਂ ਚੂਰਾਂ ਮੇਜ਼ ਮੂਜ਼। ਅਤੇ ਆਹ ਇੱਥੇ ਪੈਣ ਵੱਡੇ ਵੱਡੇ ਢੋਲ ਇਹਨਾਂ ਦੇ, ਸਾਰਾ ਕੁਛ ਪੁਰਾਣਾ, ਵੱਡੇ ਵੱਡੇ ਡਰੰਮ ਜਿਹਨੂੰ ਕਹਿ ਦਿੰਦੇ ਆਪਾਂ, ਉਹ ਪਏ ਜੀ ਸਾਰਾ ਇੱਥੇ ਦੇਖੋ। ਘੈਂਟ ਆ ਚੀਜ਼, ਆਹ ਅੰਗੀਠੀ ਆ ਗਈ ਪੁਰਾਣੀ ਪਾਲਣ ਵਾਸਤੇ, ਆਹ ਪੁਰਾਣੀ ਵੱਡੀ ਹੱਥ ਪਈ ਦੇਖ ਲਓ। ਆਹ ਮੈਪ ਸਾਰਾ ਕਰ ਲਿਓ ਰੀਡ, ਉਸ ਤੋਂ ਬਾਅਦ ਇੱਧਰ ਦੇਖ ਲਓ ਵਾਹ ਜੀ ਵਾਹ, ਦੇਖੋ ਪੁਰਾਣਾ ਸਾਰਾ ਕੁਛ, ਰੂਮ ਨਾਲੇ ਇਹਨੂੰ ਕੀ ਆਉਂਦੇ ਨੇ ਦਰੀਆਂ ਉਹਨਾਂ ਵਾਲੀ ਨਾ, ਪੁਰਾਣੀਆਂ ਮਸ਼ੀਨਾਂ ਵੱਡੀਆਂ ਵੱਡੀਆਂ ਨਾ, ਚੱਕਰੇ ਚਰਖੇ ਵੱਡੇ ਵੱਡੇ। ਇੱਥੇ ਗਾਂਧੀ ਕਿੱਥੇ ਆ ਗਿਆ, ਗਾਂਧੀ ਦੇ ਲੱਛਣ, ਗਾਂਧੀ ਕਾਪੀ ਕਰ ਗਿਆ ਇਹਨਾਂ ਨੂੰ। ਉਹਨੂੰ ਇੱਥੇ ਕਿੰਨੇ ਪੁੱਛਣਾ ਪਤਾ ਪੜਦਾ ਕਿੱਥੇ ਹਾਰ ਗਈ ਕਿੱਥੇ ਹੁੰਦਾ। ਓਕੇ ਬਾਏ, ਥੈਂਕ ਯੂ, ਬਾਏ ਬਾਏ। ਲਓ ਜੀ ਆ ਗਿਆ ਆਪਾਂ ਬਾਹਰ, ਆ ਜਗ੍ਹਾ ਸੀ ਬਾਹਰ ਕਿਲ੍ਹਾ, ਬਾਹਰ ਦਾ ਵਿਊ ਵੀ ਵੇਖ ਲਓ ਕਿਲ੍ਹੇ ਦੇ ਬਾਹਰ, ਬਹੁਤ ਸੋਹਣੀ ਜਗ੍ਹਾ ਬਾਹਰ ਵੀ ਨਾਲ, ਘੈਂਟ ਆ। ਓਕੇ ਬਾਏ, ਥੈਂਕ ਯੂ।